ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਅੰਮ੍ਰਿਤਸਰ ਏਅਰਪੋਰਟ ਦੀ। ਤੁਸੀਂ ਵੇਖਿਆ ਹੋਣਾ ਕਿ ਜਦੋਂ ਬਾਲਾਕੋਟ ਦੇ ਉੱਪਰ ਹਮਲਾ ਹੋਇਆ ਉਹਦੇ ਨਾਲ ਜਿਹੜੀ ਬਰਮਿੰਘਮ ਤੋਂ ਸਿੱਧੀ ਅੰਮ੍ਰਿਤਸਰ ਉਡਾਣ ਆਉਂਦੀ ਸੀਗੀ, ਸਾਡੀ ਫਲਾਈਟ ਆਉਂਦੀ ਸੀ, ਉਹ ਬੰਦ ਕਰ ਦਿੱਤੀ ਗਈ 27 ਫਰਵਰੀ ਤੋਂ। ਔਰ ਜਿਹੜੇ ਹੁਣ ਸਾਡੇ ਪੈਸੰਜਰ ਨੇ, ਸਾਡੇ NRI ਨੇ, ਔਰ ਜਿਹੜੇ ਇੱਥੋਂ ਦੇ ਉਹਨਾਂ ਦੇ ਰਹਿੰਦੇ ਜਿਹੜੇ ਰਿਸ਼ਤੇਦਾਰ ਨੇ, ਉਹ ਉਹਨਾਂ ਨੂੰ ਲੈਣ ਦੇ ਲਈ ਦਿੱਲੀ ਜਾਣਾ ਪੈਂਦਾ ਜਾਂ ਫਿਰ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ। ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜਿਸ਼ ਮੈਂ ਸਮਝਦਾ, ਕਿਉਂਕਿ ਤੁਸੀਂ ਜੇਕਰ ਪਿੱਛੇ ਇਤਿਹਾਸ ਵੱਲ ਝਾਤ ਮਾਰੋ ਤਾਂ ਪਿਛਲੇ 8 ਸਾਲ ਜਿਹੜੀ ਇਹ ਜਿਹੜੀ ਏਅਰਪੋਰਟ ਹੈ, ਏਅਰਲਾਈਨ ਜਿਹੜੀ ਹੈ, ਬੰਦ ਕਰ ਦਿੱਤੀ ਗਈ ਸੀ ਇੱਕ ਮਾਫੀਆ ਨੂੰ ਅੱਗੇ ਪਨਾਹ ਦੇਣ ਦੇ ਲਈ। ਅੱਜ ਵੱਡੇ ਤੌਰ ਦੇ ਉੱਪਰ ਜਿਹੜਾ NRI ਵੀਰਾਂ ਦਾ ਸ਼ੋਸ਼ਣ ਹੋ ਰਿਹਾ ਆਰਥਿਕ ਤੌਰ 'ਤੇ, ਔਰ ਜਿਹੜੇ ਇੱਥੇ ਉਹਨਾਂ ਦੇ ਰਿਸ਼ਤੇ ਰਹਿੰਦੇ ਨੇ ਉਹਨਾਂ ਦੇ ਟਾਈਮ ਦੇ ਉੱਪਰ ਬਹੁਤ ਵੱਡਾ ਜਿਹੜਾ ਡਾਕਾ ਮਾਰਿਆ ਜਾ ਰਿਹਾ, ਕਿਉਂਕਿ ਜਿਹੜਾ ਮਾਫੀਆ ਉਹ ਭਾਰਤ ਸਰਕਾਰ ਨੂੰ ਕਿਤੇ ਨਾ ਕਿਤੇ ਆਪਣੇ ਹੱਥਾਂ ਦੇ ਉੱਤੇ ਨਚਾਉਂਦਾ ਹੋਇਆ ਜਿਹੜਾ ਇੱਥੋਂ ਆਰਥਿਕ ਲੁੱਟ ਦੇ ਲਈ ਦਿੱਲੀ ਜਾਣ ਲਈ ਮਜਬੂਰ ਕਰਦਾ। ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਏਅਰਪੋਰਟ ਹੈ ਉਹਦੀ ਜਿਹੜੀ ਫਲਾਈਟ ਹੈ ਬਰਮਿੰਘਮ ਤੋਂ ਜਿਹੜੀ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ, ਕਿਉਂਕਿ ਜਦੋਂ ਅਸੀਂ ਇਹਦਾ ਆਰਥਿਕ ਤੌਰ 'ਤੇ ਦੇਖਦੇ ਹਾਂ ਇਹ ਜਿਹੜੀਆਂ ਏਅਰਲਾਈਨਾਂ ਨੇ ਜਾਂ ਏਅਰਪੋਰਟ ਹੈ ਇਹ ਡਾਇਰੈਕਟ ਫਲਾਈਟ ਦੇ ਨਾਲ ਲਾਭ ਵਿੱਚ ਰਹੀਆਂ ਨੇ, ਪਰ ਉਹ ਜਿਹੜਾ ਲਾਭ ਦਾ ਆਪਾਂ ਘਾਟੇ ਵਿੱਚ ਪਾਉਣ ਦੇ ਲਈ ਔਰ ਮਾਫੀਆ ਨੂੰ ਵਾਪਸ ਵਧਾਵਾ ਵਧਾਉਣ ਦੇ ਲਈ ਕਿਸੇ ਨਾ ਕਿਸੇ ਕਾਰਨ ਇਹ ਫਲਾਈਟਾਂ ਦੇ ਉੱਤੇ ਰੋਕ ਲਾਈ ਜਾ ਰਹੀ ਹੈ। ਔਰ ਸਾਡੀ ਭਾਰਤ ਸਰਕਾਰ ਤੋਂ ਮੰਗ ਹੈ ਕਿ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਦੁਬਈ, ਹੋਰ ਯੂਰਪ ਦੇਸ਼ ਨੇ ਜਿਹੜੇ, ਉਹਨਾਂ ਤੋਂ ਬਾਹਰੋਂ ਡਾਇਰੈਕਟ ਫਲਾਈਟ ਜਿਹੜੀ ਆ ਉਹ ਅੰਮ੍ਰਿਤਸਰ ਏਅਰਪੋਰਟ 'ਤੇ ਆਉਣੀ ਚਾਹੀਦੀ ਹੈ। ਧੰਨਵਾਦ।